ਦਰਸ਼ਕੋ ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਐਸੇ ਸੰਖੇਪ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਜਿਹੜਾ ਹੈਗਾ ਲੋਕਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਨਿਜਾਤ ਪਾ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ, ਔਰ ਅੱਜ ਅਸੀਂ ਇਹਨਾਂ ਨਾਲ ਬੜਾ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਕਿ ਸ਼ੂਗਰ ਦੇ ਨਾਲ ਜਦੋਂ ਰਟੀਨਾ ਦੇ ਉੱਤੇ ਇਫੈਕਟ ਪੈਂਦਾ ਔਰ ਕੀ ਉਹਦੇ ਕਿੱਦਾਂ ਸਟਾਰਟਿੰਗ ਹੁੰਦੀ ਹੈ ਔਰ ਕਿੱਦਾਂ ਜਿਹੜਾ ਹੈਗਾ ਉਹਦੇ ਨਾਲ ਪਰੇਸ਼ਾਨੀਆਂ ਆਉਂਦੀਆਂ ਔਰ ਕਿੱਦਾਂ ਕਿਸੇ ਵਧੀਆ ਸੈਂਟਰ 'ਚ ਜਾ ਕੇ ਅਸੀਂ ਉਹਨਾਂ ਤੋਂ ਬਚ ਵੀ ਸਕਦੇ ਹੈਗੇ ਹਾਂ। ਡਾਕਟਰ ਸਾਹਿਬ ਸਾਡੀ ਬਰਾਦ ਹੈ ਡਾਕਟਰ ਦਿਨੇਸ਼ ਗਰਗ ਜੀ ਦੇ ਨਾਲ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਵਿਚਾਰ ਲੋਕਾਂ ਨਾਲ ਸ਼ੇਅਰ ਕਰੀਏ। ਥੈਂਕ ਯੂ ਸਰ, ਥੈਂਕਸ। ਡਾਕਟਰ ਸਾਹਿਬ ਸਾਨੂੰ ਦੱਸੋ ਕਿ ਸ਼ੂਗਰ ਅਤੇ ਅੱਖਾਂ ਦਾ ਜਿਹੜਾ ਆਪਸ 'ਚ ਰਿਲੇਸ਼ਨ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਉਹ ਇੱਕ ਮੇਜਰ ਐਪੀਡੈਮਿਕ ਬਣ ਗਈ ਹੈ। ਇੰਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼ੂਗਰ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਇਫੈਕਟ ਕਰਨ ਵਾਲੀ ਹੈ ਅਤੇ ਮੇਜਰ ਬਿਮਾਰੀ, ਪਬਲਿਕ ਹੈਲਥ ਪ੍ਰੋਬਲਮ ਹੈ। ਔਰ ਅੱਗੇ ਅੱਗੇ ਕਿਉਂਕਿ ਇਹ ਅੱਗੇ ਇੱਕ ਤੋਂ ਦੂਸਰੀ ਜਨਰੇਸ਼ਨ 'ਚ ਹੋ ਜਾਂਦੀ ਹੈ, ਇਸ ਕਰਕੇ ਇਹ ਬਹੁਤ ਸਾਰੀ ਪਾਪੂਲੇਸ਼ਨ ਜਿਹੜੀ ਹੈ ਇਹਦੇ ਨਾਲ ਇਫੈਕਟਡ ਹੋਣ ਵਾਲੀ ਹੈ। ਅਤੇ ਸ਼ੂਗਰ ਜਿਵੇਂ ਅਸੀਂ ਨੋਰਮਲੀ ਲੋਕਾਂ ਨੂੰ ਸਾਰਿਆਂ ਨੂੰ ਕਹਿੰਦੇ ਹਾਂ ਵੀ ਵੀ ਕੈਨ ਕੰਟਰੋਲ ਇਟ, ਵੀ ਕੈਨ ਨੋਟ ਇਰੈਡੀਕੇਟ ਇਟ, ਜਾਂ ਅਸੀਂ ਇਹਨੂੰ ਖਤਮ ਨਹੀਂ ਕਰ ਸਕਦੇ, ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਔਰ ਜਿੰਨਾ ਵੀ ਇਹਨੂੰ ਆਪਾਂ ਕੰਟਰੋਲ ਕਰਦੇ ਹਾਂ ਉੰਨਾ ਹੀ ਇਹਦੇ ਸਾਈਡ ਇਫੈਕਟਸ ਜਿਹੜੇ ਆ ਉਹ ਘੱਟ ਆਉਂਦੇ ਆ। ਸੋ ਜਿਸ ਤਰ੍ਹਾਂ ਕਿ ਸ਼ੂਗਰ ਜਦੋਂ ਥੋੜ੍ਹੀ ਲੰਬੇ ਸਮੇਂ ਦੀ ਹੋ ਜਾਂਦੀ ਹੈ, ਜਿਵੇਂ 5 ਤੋਂ 10 ਸਾਲ ਦੀ ਜਾਂ ਈਵਨ 15 ਸਾਲ ਬਾਅਦ, ਤਾਂ ਇਹ ਅੱਖਾਂ 'ਤੇ, ਗੁਰਦਿਆਂ 'ਤੇ ਅਤੇ ਨਰਵਸ 'ਤੇ, ਸਾਰੇ ਬਲੱਡ ਵੈਸਲਸ 'ਤੇ ਸਰੀਰ ਦੇ ਅਸਰ ਕਰਦੀ ਹੈ। ਉਸੇ ਕਰਕੇ ਹਾਰਟ ਦੀਆਂ ਪ੍ਰੋਬਲਮਸ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕਰਕੇ ਡਾਇਬਿਟਿਕ ਰੈਟਨੋਪੈਥੀ, ਨੈਫਰੋਪੈਥੀ ਅਤੇ ਨਿਊਰੋਪੈਥੀ ਹੋ ਸਕਦੀ ਹੈ। ਸੋ ਜਦੋਂ ਅਸੀਂ ਆਈ ਵਾਜ਼ ਇਨ ਇੰਗਲੈਂਡ ਆਲਮੋਸਟ 18-19 ਸਾਲ ਪਹਿਲਾਂ, ਉੱਥੇ ਕੰਟਰੀ ਲੈਵਲ ਦੇ ਉੱਤੇ ਇੱਕ ਡਾਇਬਿਟਿਕ ਰੈਟਨੋਪੈਥੀ ਸਕਰੀਨਿੰਗ ਪ੍ਰੋਗਰਾਮ ਚੱਲਦਾ ਹੈ। ਅਨਫੋਰਚੁਨੇਟਲੀ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲੇ ਪ੍ਰੋਗਰਾਮ ਹੈ ਨਹੀਂ, ਅਤੇ ਸਾਡਾ ਜੋ ਵੀ ਐਕਸਪੀਰੀਅੰਸ ਹੈ ਉਹਦੇ ਵਿੱਚ ਇਹ ਹੈ ਵੀ ਜਿਹੜੇ ਸ਼ੂਗਰ ਵਾਲੇ ਮਰੀਜ਼ ਹੈ ਉਹ ਡਾਕਟਰਾਂ ਕੋਲ, ਖਾਸ ਕਰਕੇ ਆਈ ਸਪੈਸ਼ਲਿਸਟ ਕੋਲ ਲੇਟ ਪਹੁੰਚਦੇ ਆ, ਜਦੋਂ ਉਹਨਾਂ ਦੇ ਅੱਖਾਂ ਦੇ ਉੱਤੇ ਆਲਰੇਡੀ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੁੰਦਾ ਜਾਂ ਉਹ ਅਸਰ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਹੁੰਦਾ ਅਤੇ ਅੱਖਾਂ ਦੀ ਨਜ਼ਰ ਨੂੰ ਅਸਰ ਕਰ ਚੁੱਕਿਆ ਹੁੰਦਾ। ਇਹ ਕਾਫੀ ਸਟੱਡੀਜ਼ ਹੈਗੀਆਂ ਆਲ ਓਵਰ ਦੀ ਵਰਲਡ ਜਿਹੜੀਆਂ ਕਿ ਡਾਇਬਿਟਿਕ ਰੈਟਨੋਪੈਥੀ ਨੂੰ ਕਲਾਸੀਫਾਈ ਕਰਦੀਆਂ, ਵੀ ਕਾਲ ਇਟ ਮਾਈਲਡ ਨੋਨ ਪ੍ਰੋਲੀਫਰੇਟਿਵ ਡਾਇਬਿਟਿਕ ਰੈਟਨੋਪੈਥੀ, ਮਾਈਲਡ ਐਨ ਪੀ ਡੀ ਆਰ, ਮੋਡਰੇਟ ਐਨ ਪੀ ਡੀ ਆਰ, ਸਵੀਅਰ ਐਨ ਪੀ ਡੀ ਆਰ, ਫਿਰ ਸਟੇਜ ਆਉਂਦੀ ਹੈ ਇਹ ਪ੍ਰੋਲੀਫਰੇਟਿਵ ਡਾਇਬਿਟਿਕ ਰੈਟਨੋਪੈਥੀ ਹੋ ਜਾਂਦੀ ਹੈ। ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਦੋਨਾਂ ਅੱਖਾਂ ਨੂੰ ਅਸਰ ਕਰਦੀ ਹੈ। ਸੋ ਜਦੋਂ ਨਜ਼ਰ ਘਟਣੀ ਸ਼ੁਰੂ ਹੁੰਦੀ ਹੈ ਅਤੇ ਆਲਮੋਸਟ ਦੋਨਾਂ ਅੱਖਾਂ 'ਤੇ ਅਸਰ ਹੋਇਆ ਹੋਇਆ ਹੁੰਦਾ ਅਤੇ ਉਦੋਂ ਬੰਦਾ ਜਿਹੜਾ ਹੈ ਪੇਸ਼ੈਂਟ ਕਾਫੀ ਪ੍ਰੋਬਲਮ 'ਚ ਆ ਜਾਂਦਾ। ਜੇ ਉਹਨਾਂ ਸਟੇਜਿਸ ਦੇ ਉੱਤੇ ਵੀ ਟ੍ਰੀਟਮੈਂਟ ਨਾ ਲਈ ਜਾਵੇ ਤਾਂ ਐਡਵਾਂਸ ਡਾਇਬਿਟਿਕ ਰੈਟਨੋਪੈਥੀ ਜਾਂ ਐਡਵਾਂਸ ਡਾਇਬਿਟਿਕ ਆਈ ਡਿਜ਼ੀਜ਼ ਹੋ ਜਾਂਦੀ ਹੈ, ਜਿਹਦੇ ਵਿੱਚ ਅੱਖ ਦੇ ਅੰਦਰ ਖੂਨ ਆ ਜਾਂਦਾ, ਪਰਦਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਾਂ ਡਾਇਬਿਟਿਕ ਰੈਟਨੋਪੈਥੀ ਕਰਕੇ ਕਾਲਾ ਮੋਤੀਆ ਬਣਨਾ ਸ਼ੁਰੂ ਹੋ ਜਾਂਦਾ। ਅੱਜ ਕੱਲ੍ਹ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਸਾਇੰਸ ਇੰਨੀ ਤਰੱਕੀ ਕਰ ਚੁੱਕੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਟ੍ਰੀਟਮੈਂਟ ਅਵੇਲੇਬਲ ਹੈ। ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੈ ਉਹ ਇਹ ਹੈ ਕਿ ਆਪਾਂ ਇਸ ਬਾਰੇ ਅਵੇਅਰ ਹੋਈਏ, ਡਾਕਟਰਸ ਵੀ ਅਤੇ ਪੇਸ਼ੈਂਟਸ ਵੀ, ਸਾਰੇ ਮਰੀਜ਼ ਜਿਹੜੇ ਵੀ ਸ਼ੂਗਰ ਦੀ ਬਿਮਾਰੀ ਤੋਂ ਅਫੈਕਟਿਡ ਹੈ, ਸਭ ਤੋਂ ਪਹਿਲਾ ਮੈਸੇਜ ਤਾਂ ਇਹੀ ਹੈ ਵੀ ਉਹ ਆਪਣੀ ਸ਼ੂਗਰ ਨੂੰ ਕੰਟਰੋਲ ਰੱਖਣ। ਜਿੰਨਾ ਅੱਛਾ ਕੰਟਰੋਲ ਰੱਖਣਗੇ ਉਨੀਆਂ ਹੀ ਇਹ ਬਿਮਾਰੀ ਦੀਆਂ ਜਿਹੜੀਆਂ ਚੇਂਜਿਸ ਹੈ, ਜਿਹੜੇ ਅਸਰ ਹੈ ਉਹ ਘੱਟ ਆਉਣਗੇ, ਕੰਪਲੀਕੇਸ਼ਨਸ ਘੱਟ ਆਉਣਗੇ। ਜੇ ਆਪਾਂ ਜਲਦੀ ਆ ਜਾਂਦੇ ਹਾਂ ਤਾਂ ਟ੍ਰੀਟਮੈਂਟ ਦੀ ਵੀ ਕਈ ਵਾਰੀ ਲੋੜ ਨਹੀਂ ਹੁੰਦੀ, ਸਿਰਫ ਆਪਾਂ ਇਨਵੈਸਟੀਗੇਸ਼ਨ ਕਰਦੇ ਹਾਂ ਮਾਈਲਡ ਟੂ ਮੋਡਰੇਟ ਡਾਇਬਿਟਿਕ ਰੈਟਨੋਪੈਥੀ ਹੈ ਅਤੇ ਪ੍ਰੋਪਰ ਕੰਟਰੋਲ ਆਫ ਡਾਇਬਟੀਜ਼ ਦੇ ਵਿੱਚ। ਦੇਖੋ ਹੁਣ ਤਾਂ ਬਹੁਤ ਅੱਛਾ ਹੈਗਾ ਵੀ ਆਪਾਂ ਗਲਾਈਕੋਸਲੇਟਡ ਹੀਮੋਗਲੋਬਿਨ ਜਾਂ HbA1c ਕਰਾ ਸਕਦੇ ਹਾਂ, ਐਵਰੇਜ ਸ਼ੂਗਰ ਦਾ ਪਤਾ ਲੱਗ ਜਾਂਦਾ। ਨੋਰਮਲ ਗਲਾਈਕੋਸਲੇਟਡ ਹੀਮੋਗਲੋਬਿਨ ਜੇ ਆਪਾਂ 3 ਮਹੀਨੇ ਬਾਅਦ ਵੀ ਇੱਕ ਵਾਰੀ ਕਰਾਉਂਦੇ ਹਾਂ ਤਾਂ 7 ਤੱਕ ਰਹਿੰਦਾ, ਨਾਲ ਤੁਸੀਂ ਆਪਣਾ BP ਕੰਟਰੋਲ ਰੱਖੋ, ਥੋੜ੍ਹਾ ਕੋਲੈਸਟਰੋਲ ਵਗੈਰਾ ਜਾਂ ਲਿਪਿਡ ਪ੍ਰੋਫਾਈਲ ਕੰਟਰੋਲ ਰੱਖੋ, ਤਾਂ ਨੈਚੁਰਲੀ ਹੈ ਵੀ ਇਹ ਸ਼ੂਗਰ ਦੀਆਂ ਜਿਹੜੀਆਂ ਚੇਂਜਿਸ ਹੈ ਉਹ ਬਹੁਤ ਘੱਟ ਆਉਂਦੀਆਂ। ਪਰ ਜੇ ਮੈਕੂਲਰ ਡੀਮਾ ਜਾਂ ਮੋਡਰੇਟ ਟੂ ਸਵੀਅਰ ਡਾਇਬਿਟਿਕ ਰੈਟਨੋਪੈਥੀ ਹੋ ਵੀ ਜਾਂਦੀ ਹੈ ਤਾਂ ਵੀ ਉਹਦੇ ਇਲਾਜ ਹੈਗੇ ਨੇ, ਔਰ ਉਹ ਇਲਾਜ
ਲੇਜ਼ਰ ਅਤੇ ਇੰਜੈਕਸ਼ਨਸ ਦੇ ਬੇਸ 'ਤੇ ਨੇ। ਅਤੇ ਇੰਜੈਕਸ਼ਨਸ ਅੱਜ ਕੱਲ੍ਹ ਦੋ ਤਿੰਨ ਤਰ੍ਹਾਂ ਦੇ ਇੰਜੈਕਸ਼ਨ ਵੀ ਆਉਣ ਲੱਗ ਗਏ ਹੈ, ਠੀਕ ਹੈ। ਕੁਛ ਇੰਜੈਕਸ਼ਨ ਇਸ ਤਰ੍ਹਾਂ ਦੇ ਆ ਜਿਹੜੇ ਮਲਟੀ ਡੋਜ਼ ਵਾਇਲ 'ਚੋਂ ਲਗਾਉਂਦੇ ਆ, ਉਹਦੇ ਵਿੱਚ ਇਨਫੈਕਸ਼ਨ ਵਗੈਰਾ ਦਾ ਥੋੜ੍ਹਾ ਖਤਰਾ ਰਹਿੰਦਾ, ਇਸ ਕਰਕੇ ਸਿੰਗਲ ਡੋਜ਼ ਵਾਇਲ ਵਾਲੇ ਇੰਜੈਕਸ਼ਨ ਜਿਹੜੇ ਹੈ ਉਹ ਜ਼ਿਆਦਾ ਯੂਜ਼ਫੁੱਲ ਅਤੇ ਜ਼ਿਆਦਾ ਸੇਫ ਮੰਨੇ ਜਾਂਦੇ ਆ। ਬਾਕੀ ਜਿਵੇਂ ਤੁਸੀਂ ਕਿਹਾ ਵੀ ਕੋਸਟ ਆਫ ਥੈਰੇਪੀ, ਤਾਂ ਨੈਚੁਰਲੀ ਜਦੋਂ ਕੰਪਲੀਕੇਸ਼ਨਸ ਜ਼ਿਆਦਾ ਹੁੰਦੀਆਂ ਤਾਂ ਉਹ ਵੱਧ ਜਾਂਦੀਆਂ, ਤਾਂ ਹੀ ਕਰਕੇ ਹਮੇਸ਼ਾ ਇਸ ਚੀਜ਼ 'ਤੇ ਸਟ੍ਰੈਸ ਕੀਤਾ ਜਾਂਦਾ ਵੀ ਜਿੰਨਾ ਅਰਲੀ ਆਪਾਂ ਡਾਇਗਨੋਜ਼ ਕਰ ਲਈਏ, ਜਸਟ ਲਾਈਕ ਕੈਂਸਰ, ਵੀ ਜੇ ਆਪਾਂ ਜਲਦੀ ਡਾਇਗਨੋਜ਼ ਕਰ ਲਿਆ ਅਤੇ ਜਲਦੀ ਉਹਦੀ ਟ੍ਰੀਟਮੈਂਟ ਕਰ ਲਈ ਤਾਂ ਨਜ਼ਰ ਬਚੀ ਰਹੇਗੀ ਅਤੇ ਨੈਚੁਰਲੀ ਇਲਾਜ ਜਿਹੜਾ ਉਨਾ ਮਹਿੰਗਾ ਵੀ ਨਹੀਂ ਹੋਏਗਾ। ਪਰ ਈਵਨ ਜਿਹੜੇ ਲੋਕ ਸਵੀਅਰ ਨੋਨ ਪ੍ਰੋਲੀਫਰੇਟਿਵ ਡਾਇਬਟਿਕ ਰੈਟਨੋਪੈਥੀ ਜਾਂ ਪ੍ਰੋਲੀਫਰੇਟਿਵ ਡਾਇਬਟਿਕ ਰੈਟਨੋਪੈਥੀ ਵਾਲੀ ਸਟੇਜ 'ਤੇ ਆਉਂਦੇ ਹੈ ਅਤੇ ਨਾਲ ਕੋਈ ਮੈਕੂਲਰ ਐਡੀਮਾ ਵਗੈਰਾ ਵੀ ਹੈ, ਉਹਨਾਂ ਦਾ ਵੀ ਲੇਜ਼ਰ ਅਤੇ ਇੰਜੈਕਸ਼ਨਸ ਦੇ ਨਾਲ ਇਲਾਜ ਪੋਸੀਬਲ ਹੈ। ਅੱਜ ਕੱਲ੍ਹ ਲੇਜ਼ਰ ਵੀ ਆਲਮੋਸਟ ਹਰੇਕ ਡਿਸਟ੍ਰਿਕਟ ਲੈਵਲ 'ਤੇ ਔਰ ਈਵਨ ਸਬ ਡਿਵੀਜ਼ਨ ਲੈਵਲ 'ਤੇ ਅਵੇਲੇਬਲ ਹੈਗੇ ਹੈ, ਅਤੇ ਮਤਲਬ ਅਵੇਲੇਬਿਲਿਟੀ ਆਫ ਟ੍ਰੀਟਮੈਂਟ ਅਤੇ ਅਫੋਰਡੇਬਿਲਿਟੀ ਆਫ ਟ੍ਰੀਟਮੈਂਟ ਹੋ ਸਕਦੀ ਹੈ। ਈਵਨ ਗੌਰਮੈਂਟ ਇਸ ਚੀਜ਼ ਦੇ ਉੱਤੇ ਸਟ੍ਰੈਸ ਕਰ ਰਹੀ ਹੈ, ਹੁਣ ਤਾਂ ਈਵਨ ਜਿਹੜਾ ਨੈਸ਼ਨਲ ਪ੍ਰੋਗਰਾਮ ਫੋਰ ਕੰਟਰੋਲ ਆਫ ਬਲਾਈਂਡਨੈਸ ਹੈ ਉਹਦੇ ਵਿੱਚ ਵੀ ਇਹ ਚਾਹੁੰਦੇ ਆ ਕਿ ਡਾਇਬਟਿਕ ਰੈਟਨੋਪੈਥੀ ਦੀ ਟ੍ਰੀਟਮੈਂਟ ਜਿਹੜੀ ਹੈ ਉਹ ਈਜ਼ੀਲੀ ਅਵੇਲੇਬਲ ਹੋਵੇ ਅਤੇ ਸਾਰਿਆਂ ਨੂੰ ਅਵੇਲੇਬਲ ਹੋਵੇ। ਜੇ ਕੋਈ ਬੰਦਾ ਬਹੁਤ ਲੇਟ ਸਟੇਜ 'ਤੇ ਆਉਂਦਾ ਜਿਹਦੇ ਵਿੱਚ ਅੱਖ ਦੇ ਵਿੱਚ ਬਲੀਡਿੰਗ ਹੋ ਚੁੱਕੀ ਹੈ ਜਾਂ ਪਰਦਾ ਇਕੱਠਾ ਹੋ ਗਿਆ ਜਾਂ ਪਰਦਾ ਇਕੱਠਾ ਹੋ ਰਿਹਾ, ਤਾਂ ਉਹਨਾਂ ਸਟੇਜਿਸ ਦੇ ਵਿੱਚ ਵੀ ਅਸੀਂ ਪਰਦੇ ਦੇ ਓਪਰੇਸ਼ਨ ਕਰਕੇ ਉਹਨਾਂ ਦੀ ਨਜ਼ਰ ਬਚਾ ਸਕਦੇ ਹਾਂ। ਆਲਦੋ ਮਤਲਬ ਪੂਰੀ 6/6 ਨਜ਼ਰ ਸ਼ਾਇਦ ਕਈ ਵਾਰੀ ਨਹੀਂ ਹੁੰਦੀ, ਲੇਕਿਨ ਮੂਵਿੰਗ ਅਬਾਊਟ ਵਿਜ਼ਨ ਜਾਂ ਪੇਸ਼ੈਂਟ ਦੇ ਮਤਲਬ ਇੰਡੀਪੈਂਡੈਂਟ ਰਹਿਣ ਜੋਗੀ ਵਿਜ਼ਨ ਹੋ ਸਕਦੀ ਹੁੰਦੀ ਹੈ। ਐਸੀ ਕੋਈ ਗੱਲ ਨਹੀਂ ਹੈ ਕਿ ਵੀ ਬਿਲਕੁਲ ਘਰ ਬੈਠਣ ਵਾਲੀ ਗੱਲ ਹੈ, ਉਹ ਸਟੇਜ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਵੀ ਜੇ ਨਜ਼ਰ ਸ਼ੂਗਰ ਅੱਖ 'ਤੇ ਪੈ ਗਈ ਤਾਂ ਮੁੜ ਕੇ ਨਿਗਾਹ ਹੀ ਨਹੀਂ ਬਣਨੀ। ਸੋ ਓਪਰੇਸ਼ਨਸ ਦੀ ਫੈਸਿਲਿਟੀ ਵੀ ਅੱਜ ਕੱਲ੍ਹ ਤਕਰੀਬਨ ਡਿਸਟ੍ਰਿਕਟ ਲੈਵਲ 'ਤੇ ਸਾਰੇ ਪ੍ਰਾਈਵੇਟ ਇੱਕ ਦੋ ਡਾਕਟਰਸ ਹੈਗੇ ਆ ਜਿਹੜੇ ਉਹ ਸਾਰੇ ਸੈਟਅਪ ਰੱਖਦੇ ਹੈ, ਅਤੇ ਆਲਦੋ ਸੈਟਅਪ ਮਹਿੰਗੇ ਹੈ ਲੇਕਿਨ ਕਾਫੀ ਇੰਸਟਰੂਮੈਂਟਸ ਇੰਡੀਜਨਾਈਜ਼ ਹੋ ਗਏ ਆ, ਇੰਡੀਅਨ ਹੋ ਗਏ ਹੈ, ਅਤੇ ਕਾਫੀ ਡਾਕਟਰਸ ਜਿਹੜੇ ਹੈ ਉਹ ਜਿਵੇਂ ਕੁਛ ਸਾਊਥ ਤੋਂ ਟ੍ਰੇਨਿੰਗ ਹੋ ਗਈ ਜਾਂ ਆਰਪੀ ਸੈਂਟਰ ਦਿੱਲੀ ਤੋਂ ਟ੍ਰੇਨਿੰਗ ਵਗੈਰਾ ਕਰਕੇ ਲੋਕ ਆਉਂਦੇ ਹੈ, ਤਾਂ ਉਹ ਫੈਸਿਲਿਟੀਜ਼ ਨਾਓ ਆਰ ਅਵੇਲੇਬਲ ਈਵਨ ਐਟ ਗੁੱਡ ਡਿਸਟ੍ਰਿਕਟ ਲੈਵਲ। ਐਂਡ ਮਤਲਬ ਹੋ ਸਕਦਾ ਕਿ ਬੰਦਾ ਗੁਜ਼ਾਰੇ ਜੋਗੀ ਨਜ਼ਰ ਅਗਲੇ ਦੀ ਮੇਨਟੇਨ ਹੋ ਸਕਦੀ ਹੈ, ਅਤੇ ਕੁਛ ਚੰਗੀਆਂ ਚੈਰੀਟੇਬਲ ਇੰਸਟੀਟਿਊਸ਼ਨਸ ਵੀ ਹੈ ਜਿਹੜੀਆਂ ਇਹ ਸਾਰੀਆਂ ਐਕਟੀਵਿਟੀਜ਼ ਨੂੰ ਸਪੋਰਟ ਕਰਦੀਆਂ। ਸੋ ਨਿਰਾਸ਼ ਹੋਣ ਵਾਲੀ ਗੱਲ ਨਹੀਂ ਹੈ, ਲੇਕਿਨ ਸਾਡਾ ਮੈਸੇਜ ਤਾਂ ਹਮੇਸ਼ਾ ਇਹੀ ਰਹੇਗਾ ਵੀ ਇੱਕ ਤਾਂ ਸ਼ੂਗਰ ਦਾ ਕੰਟਰੋਲ ਕਰੋ ਔਰ ਇੱਕ ਰੈਗੂਲਰ ਚੈੱਕਅਪ ਰੱਖੋ ਤਾਂ ਕਿ ਜਦੋਂ ਵੀ ਕੋਈ ਸ਼ੂਗਰ ਦੀਆਂ ਚੇਂਜਿਸ ਆਉਣ ਤਾਂ ਆਪਾਂ ਉਹਨੂੰ ਜਲਦੀ ਤੋਂ ਜਲਦੀ। ਅਤੇ ਸਰ ਕਾਲੇ ਮੋਤੀ ਅਤੇ ਸ਼ੂਗਰ ਦਾ ਜਿਹੜਾ ਆਪਸ ਦੇ ਵਿੱਚ ਰਿਸ਼ਤਾ ਹੈ ਉਹ ਬਹੁਤ ਜ਼ਿਆਦਾ, ਕਿਉਂਕਿ ਇੱਕ ਦੂਜੇ ਨੂੰ ਕੰਪਲੀਮੇਸ਼ਨ ਹੈ ਇਹਨਾਂ ਦੀ, ਜਦੋਂ ਇੱਕ ਚੀਜ਼ ਉਹਦੇ ਤਾਂ ਦੂਸਰੀ ਬੜੀ ਤੇਜ਼ੀ ਨਾਲ ਉਹਨੂੰ ਅਡੋਪਟ ਕਰਦੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਕਾਲਾ ਮੋਤੀਆ ਜਾਂ ਗਲੂਕੋਮਾ ਇੱਕ ਡਿਫਰੈਂਟ ਬਿਮਾਰੀ ਹੈ, ਲੇਕਿਨ ਸ਼ੂਗਰ ਦੀਆਂ ਜਿਹੜੀਆਂ ਨਵੀਆਂ ਨਾੜਾਂ ਬਣਦੀਆਂ ਉਹ ਜਦੋਂ ਅੱਗੇ ਤੱਕ ਆ ਜਾਂਦੀਆਂ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਆਇਰਿਸ ਦੇ ਵਿੱਚ ਵੀ ਨਿਊ ਵੈਸਲਸ ਬਣ ਗਏ ਜਾਂ ਰੂਬੀਓਸਿਸ ਰਾਈਡਸ, ਤਾਂ ਅੱਖ ਦਾ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ, ਜਿਹਨੂੰ ਆਪਾਂ ਗਲੂਕੋਮਾ ਕਹਿ ਦਿੰਦੇ ਹਾਂ। ਸੋ ਸ਼ੂਗਰ ਕਰਕੇ ਜਿਹੜਾ ਗਲੂਕੋਮਾ ਹੁੰਦਾ ਉਹ ਵਾਟ ਵੀ ਕਾਲ ਨਿਊ ਵੈਸਕੂਲਰ ਗਲੂਕੋਮਾ ਕਹਿੰਦੇ ਆ, ਅਤੇ ਉਹ ਬੜਾ ਡਿਫੀਕਲਟ ਗਲੂਕੋਮਾ ਹੁੰਦਾ ਟੂ ਮੈਨੇਜ, ਬਿਕੋਜ਼ ਉਹ ਦਵਾਈਆਂ ਦਵੂਈਆਂ ਨੂੰ ਵੀ ਬਹੁਤਾ ਰਿਸਪੋਂਡ ਨਹੀਂ ਕਰਦਾ ਅਤੇ ਓਪਰੇਸ਼ਨਸ ਵੀ ਉਹਦੇ ਵਿੱਚ ਜਲਦੀ ਫੇਲ ਹੋ ਜਾਂਦੇ। ਸੋ ਇਹਦੇ ਵਿੱਚ ਅਗੇਨ ਉਹੀ ਇੰਜੈਕਸ਼ਨਸ ਅਤੇ ਲੇਜ਼ਰਸ ਦਾ ਰੋਲ ਕਾਫੀ ਰਹਿੰਦਾ, ਅਤੇ ਜਿਹੜੇ ਓਪਰੇਸ਼ਨਸ ਹੈ ਉਹ ਵੀ ਕਾਲੇ ਮੋਤੀ ਦੇ ਕਰਨੇ ਪੈਂਦੇ ਆ, ਲੇਕਿਨ ਨਾਲ ਨਾਲ ਆਪਾਂ ਨੂੰ ਸ਼ੂਗਰ ਦਾ ਇਲਾਜ ਦੇ ਵਿੱਚ ਜਾਂ ਸ਼ੂਗਰ ਦੇ ਬਾਰੇ ਕਾਰਨ ਜੋ ਅੱਖਾਂ ਦੇ ਉੱਤੇ ਇਲਾਜ ਆਇਆ ਹੋਇਆ ਅਸਰ ਆਇਆ ਹੋਇਆ ਉਹਦਾ ਇਲਾਜ ਜਿਹੜਾ ਉਹ ਬਹੁਤ ਜ਼ਰੂਰੀ ਹੈ, ਇਟ ਇਜ਼ ਆਲਮੋਸਟ ਬਿਕਮ ਅ ਨੈਸੈਸਿਟੀ, ਠੀਕ ਹੈ ਨਾ। ਪਰ ਇਹ ਹੈ ਵੀ ਜਿਹੜਾ ਸਕਰੀਨ ਟਾਈਮ ਹੈ ਐਜ ਸੱਚ ਵੀ ਆਪਾਂ ਮੋਬਾਈਲ ਜਾਂ ਲੈਪਟੋਪ ਜਾਂ ਕੋਈ ਆਈਪੈਡ ਜਾਂ TV ਉਹਦਾ ਟਾਈਮ ਜਿਹੜਾ ਹੈ ਉਹ ਖਾਸ ਕਰਕੇ ਬੱਚਿਆਂ ਵਾਸਤੇ ਗਰੋਇੰਗ ਏਜ ਦੇ ਵਿੱਚ ਰਿਸਟ੍ਰਿਕਟ ਕਰਦੀ ਹੈ, ਕਿਉਂਕਿ ਜਿੰਨਾ ਜਿੰਨਾ ਜ਼ਿਆਦਾ ਆਪਾਂ ਨੀਅਰ ਵਿਜ਼ਨ ਜਾਂ ਸਕਰੀਨ ਟਾਈਮ ਦਿੰਦੇ ਹਾਂ ਉਨਾ ਹੀ ਐਨਕ ਦਾ ਨੰਬਰ ਜਾਂ ਮਾਇਓਪੀਆ ਹੋਣ ਦੇ ਚਾਂਸਿਸ ਜ਼ਿਆਦਾ ਰਹਿੰਦੇ ਆ, ਡਰਾਈਨੈਸ ਹੋਣ ਦੇ ਜ਼ਿਆਦਾ ਚਾਂਸਿਸ ਰਹਿੰਦੇ ਆ। ਆਫਕੋਰਸ ਇਹ
ਜਿਹੜੀਆਂ ਚੀਜ਼ਾਂ ਹੈ, ਫਿਰ ਬਾਅਦ 'ਚ ਐਨਕ ਲੱਗ ਜਾਂਦੀ ਹੈ ਜਾਂ ਕੋਈ ਆਈ ਡਰੋਪਸ ਵਗੈਰਾ ਯੂਜ਼ ਕਰਨੇ ਪੈਂਦੇ ਆ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਹੈ। ਪਰ ਮਤਲਬ ਬੇਸਿਕ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਆਪਾਂ ਨੂੰ ਸਕਰੀਨ ਟਾਈਮ ਜਿਹੜਾ ਹੈ ਉਹ ਲਿਮਿਟ ਕਰਨਾ ਚਾਹੀਦਾ। ਅਦਰਵਾਈਜ਼ ਈਵਨ ਗਲੇ ਦੀਆਂ ਮਤਲਬ ਸਰਵਾਈਕਲ ਟਾਈਪ ਨੈੱਕ ਏਕ ਜਾਂ ਬੈਕ ਏਕ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ ਹੀ ਕਹਾਂਗੇ ਆਪਾਂ ਅਲਟੀਮੇਟਲੀ, ਈਵਨ ਡਾਇਬਟੀਜ਼ ਇਜ਼ ਅ ਲਾਈਫ ਸਟਾਈਲ ਡਿਜ਼ੀਜ਼। ਠੀਕ ਹੈ, ਪੋਸਚਰਸ, ਬੈਡ ਪੋਸਚਰਸ ਹੈਗੇ ਆ ਵੀ ਆਪਾਂ ਜਦੋਂ ਸਾਰਾ ਸਾਰਾ ਦਿਨ ਲੈਪਟੋਪ 'ਤੇ ਬੈਠੇ ਰਹਿੰਦੇ ਹਾਂ ਅਤੇ ਉਹ ਪੋਸਚਰਲ ਜਿਹੜੀਆਂ ਡਿਜ਼ੀਜ਼ ਹੈ ਉਹ ਵੀ ਸਾਰੀਆਂ ਫਿਰ ਆਉਣਗੀਆਂ ਨੈਚੁਰਲੀ, ਕਿ ਵੀ ਜਿਹੜੀ ਅੱਗੇ ਵਾਲੀ ਜਨਰੇਸ਼ਨ ਹੈ ਉਹਨਾਂ ਵਾਸਤੇ ਇਹ ਚੀਜ਼ਾਂ ਨੈਸੈਸਿਟੀਜ਼ ਵੀ ਹੈ, ਪਰ ਲਾਈਫ ਔਰ ਲਾਈਫ ਸਟਾਈਲ ਦਾ ਬੈਲੈਂਸ ਤਾਂ ਜ਼ਰੂਰੀ ਹੈ ਹੀ ਹੈ। ਕਿਉਂਕਿ ਜਦੋਂ ਤੱਕ ਹੈਲਥ ਨਹੀਂ ਠੀਕ ਤਾਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਸੈਕੰਡਰੀ ਹੋ ਗਏ। ਜੇ ਹੈਲਦੀ ਰਹਾਂਗੇ ਤਾਂ ਨੈਚੁਰਲੀ ਆਪਾਂ ਅੱਗੇ ਵੀ ਵੱਧ ਸਕਾਂਗੇ ਅਤੇ ਆਪਣੇ ਸਾਰੇ ਕੰਮ ਜਿਹੜੇ ਆ ਜ਼ਿੰਦਗੀ ਦੇ ਚੰਗੀ ਤਰ੍ਹਾਂ ਕਰ। ਜਿਹੜੇ ਬੰਦੇ ਦਾ ਪ੍ਰੋਫੈਸ਼ਨ ਕੰਪਿਊਟਰ ਰਿਲੇਟਡ ਹੈ ਔਰ ਜਿਹਨੂੰ 10-12 ਘੰਟੇ ਕੰਪਿਊਟਰ 'ਤੇ ਕੰਮ ਕਰਨਾ ਪੈਂਦਾ ਹੈ, ਉਹਦੇ ਵਾਸਤੇ ਨੈਚੁਰਲੀ ਮਤਲਬ ਅਸੀਂ ਉਹਨੂੰ ਕਹਿੰਦੇ ਹਾਂ ਕੰਪਿਊਟਰ ਵਿਜ਼ਨ ਸਿੰਡਰੋਮ, ਵੀ ਉਹ ਡਰਾਈਨੈਸ ਵਗੈਰਾ ਵੱਧ ਜਾਂਦੀ ਹੈ। ਆਪਾਂ ਜਿਵੇਂ ਨੋਰਮਲੀ ਬਲਿੰਕਿੰਗ ਕਰਦੇ ਹਾਂ ਤਾਂ ਬਲਿੰਕਿੰਗ ਘੱਟ ਹੋ ਜਾਂਦੀ ਹੈ ਬਿਕੋਜ਼ ਆਪਾਂ ਉਸੇ ਸਕਰੀਨ ਨੂੰ ਦੇਖਦੇ ਰਹਿੰਦੇ ਹਾਂ। ਸੇਮ ਯੂਜ਼ ਟੂ ਹੈਪਨ ਵਿਦ ਟੀ ਵੀ ਐਂਡ ਅਦਰ ਥਿੰਗਸ, ਪਰ ਇਹ ਉਹੀ ਗੱਲ ਹੈ ਵੀ ਇਹ ਦੀਜ਼ ਆਰ ਆਲ ਨੈਸੈਸਿਟੀਜ਼ ਐਜ਼ ਵੈਲ ਐਜ਼ ਲਾਈਫ ਸਟਾਈਲ। ਇਹ ਤਾਂ ਮਤਲਬ ਇਟ ਇਜ਼ ਆ ਟੋਪਿਕ ਇਨ ਇਟਸੈਲਫ, ਠੀਕ ਹੈ ਨਾ। ਜੇ ਆਪਾਂ ਉਸ ਚੀਜ਼ 'ਚ ਪਵਾਂਗੇ ਤਾਂ ਫਿਰ ਤਾਂ ਮੈਨੂੰ ਲੱਗਦਾ ਆਪਾਂ ਕਈ ਘੰਟੇ ਇਸ ਚੀਜ਼ 'ਤੇ ਡਿਸਕਸ ਕਰ ਸਕਦੇ ਹਾਂ। ਕਿਉਂਕਿ ਦੇਖੋ ਓਵਰਆਲ ਹੀ ਫੈਮਿਲੀਜ਼ ਵੀ ਨਿਊਕਲੀਅਰ ਹੋ ਗਈਆਂ ਅਤੇ ਬੱਚੇ ਵੀ, ਨੰਬਰ ਆਫ ਚਿਲਡਰਨ ਆਰ ਆਲਸੋ ਲੈਸ, ਦੇ ਆਰ ਰਿਸਟ੍ਰਿਕਟਿਡ ਟੂ ਇਨਡੋਰਸ, ਠੀਕ ਹੈ। ਆਊਟਡੋਰ ਐਕਟੀਵਿਟੀਜ਼ ਘੱਟ ਹੋ ਗਈਆਂ, ਆਊਟਡੋਰ ਸਪੇਸਿਸ ਘੱਟ ਹੋ ਗਈਆਂ, ਠੀਕ ਹੈ। ਥੋੜ੍ਹਾ ਬੱਚਿਆਂ ਨੂੰ ਆਪਾਂ ਇਕੱਲੇ ਭੇਜਣ ਤੋਂ ਵੀ ਡਰਦੇ ਹਾਂ, ਸੋ ਆਲ ਦੈਟ। ਤੋ ਜਦੋਂ ਹੁਣ ਬੱਚੇ ਕੋਲ ਹੋਰ ਕੁਛ ਕਰਨ ਨੂੰ ਨਹੀਂ ਹੋਏਗਾ ਤਾਂ ਉਹ ਟੀ ਵੀ ਦੇਖ ਲਏਗਾ ਜਾਂ ਉਹ ਤੁਹਾਡੇ ਮੋਬਾਈਲ ਨੂੰ ਛੇੜ ਲਏਗਾ। ਅਤੇ ਜਦੋਂ ਪੇਰੈਂਟਸ ਆਪ ਹੀ ਮੋਬਾਈਲ ਉਨਾ ਯੂਜ਼ ਕਰ ਰਹੇ ਹੋਣਗੇ ਤਾਂ ਬੱਚਾ ਵੀ ਕਰੇਗਾ, ਠੀਕ ਹੈ। ਜਦੋਂ ਆਪਾਂ ਬਰਥਡੇ ਗਿਫਟ ਬੱਚੇ ਨੂੰ ਮੋਬਾਈਲ ਦੇ ਦੇਵਾਂਗੇ ਤਾਂ ਨੈਚੁਰਲੀ ਉਹ ਮੋਬਾਈਲ ਨਾਲ ਹੀ ਖੇਡੇਗਾ। ਐਂਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਾਂਗੇ ਕਿ ਇਹ ਕੜੀਆਂ ਜਿਹੜੀਆਂ ਹੈਗੀਆਂ ਉਹ ਅੱਗੇ ਵੀ ਜੁੜੀਆਂ ਰਹਿਣ, ਔਰ ਤੁਹਾਡੇ ਨਾਲ ਅਸੀਂ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਰੈਟੀਨਾ ਦੇ ਬਾਰੇ ਬਹੁਤ ਅੱਛੀ ਜਾਣਕਾਰੀ ਸਾਡੇ ਦੇਖਣਾ ਦਰਸ਼ਕਾਂ ਨੂੰ ਦਿੱਤੀ, ਔਰ ਉਹਨਾਂ ਨੂੰ ਅਵੇਅਰ ਕਰਾਇਆ ਕਿ ਤੁਸੀਂ ਸ਼ੂਗਰ ਹੋਣ ਦੇ ਨਾਲ ਨਾਲ ਅੱਖਾਂ ਵਾਲੇ ਡਾਕਟਰ ਵੀ ਤੁਹਾਡੇ ਹੋ ਗਏ। ਅਗਰ ਸ਼ੂਗਰ ਹੋ ਗਈ ਤਾਂ ਅੱਖਾਂ ਵਾਲੇ ਡਾਕਟਰ ਨੂੰ ਵੀ ਤੁਸੀਂ ਮੰਨੋ ਵੀ ਉਹ ਵੀ ਤੁਹਾਡਾ ਹਿੱਸਾ, ਔਰ ਉਹਨੂੰ ਵੀ ਤੁਸੀਂ ਮਤਲਬ ਇੱਕ ਐਜ ਏ ਸ਼ੂਗਰ ਵਾਲੇ ਡਾਕਟਰ ਦੀ ਤਰ੍ਹਾਂ ਹੀ ਉਹਦੇ ਨਾਲ ਵੀ ਤੁਸੀਂ ਆਪਣੀ ਮੀਟਿੰਗਸ ਕਰਨੀ ਆ, ਔਰ ਉਹਦੇ ਤੋਂ ਅਵੇਅਰਨੈਸ ਲੈਣੀ ਆ, ਔਰ ਅਗਰ ਹੋ ਵੀ ਜਾਂਦਾ ਤਾਂ ਤੁਹਾਨੂੰ ਕੋਈ ਗੱਲ ਨਹੀਂ ਹੈ। ਜੈਸੇ ਇਸ ਤਰ੍ਹਾਂ ਤੁਸੀਂ ਕਿਹਾ ਵੀ ਅਖੀਰ ਤੱਕ ਅਸੀਂ ਉਹਨੂੰ ਇੰਨਾ ਕੁ ਤਾਂ ਕਰ ਦਿੰਦੇ ਹਾਂ ਵੀ ਉਹ ਆਪਦਾ ਦੇਖਣ ਯੋਗਾ ਤਾਂ ਰਹੇ, ਇਹ ਵੀ ਬਹੁਤ ਵੱਡੀ ਗੱਲ ਆ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਤੁਸੀਂ ਸਟਾਰਟਿੰਗ ਕੀਤੀ ਆ ਤਾਂ ਉਹਨੂੰ ਇਹ ਅਲਟੀਮੇਟ ਸੱਚ ਮੰਗਦੇ ਸੀ ਅੱਖ ਦੀ, ਔਰ ਬਹੁਤ ਤੁਹਾਡਾ ਧੰਨਵਾਦ ਜਿਹੜਾ ਸਾਨੂੰ ਕੀਮਤੀ ਸਮਾਂ ਦਿੱਤਾ, ਔਰ ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਇਸ ਚੀਜ਼ ਬਾਰੇ ਜਾਗਰੂਕ ਹੋ ਅਤੇ ਇਸ ਚੀਜ਼ ਬਾਰੇ ਅਵੇਅਰਨੈਸ ਵਧਾਉਣਾ ਚਾਹੁੰਦੇ ਹੋ। ਮੇਰਾ ਖਿਆਲ ਹੈ ਕਿ ਵੀ ਇਸ ਟੋਪ ਨਾਲ ਕਾਫੀ ਲੋਕਾਂ ਨੂੰ ਆਪਣੇ ਰੀਜਨ 'ਚ ਅਤੇ ਆਪਣੇ ਕੰਟਰੀ 'ਚ ਫਾਇਦਾ ਹੋਏਗਾ, ਅਤੇ ਜੇ ਆਪਾਂ ਕੋਈ ਇਸ ਦੀਆਂ ਹੋਰ ਟਰਾਂਸਲੇਸ਼ਨਸ ਜਾਂ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਕਰੋ ਤਾਂ ਇਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਥੈਂਕ ਯੂ ਸਰ।